ਲੋਕ ਸਭਾ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਤਿਆਰ ਕਸੀ ਕਮਰ। ਲੋਕ ਸਭਾ ਚੋਣਾਂ 19 ਮਈ ਨੂੰ ਪੰਜਾਬ ਵਿੱਚ ਹੋਣ ਜਾ ਰਹੀਆਂ ਹਨ, ਜਿਸ ਨੂੰ ਨਜ਼ਰ ਵਿੱਚ ਰੱਖਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਕਮਰ ਕੱਸ ਲਈ ਹੈ। ਇਸ ਕੜੀ ਦੇ ਤਹਿਤ ਨਕੋਦਰ ਦੇ ਵੱਖ ਵੱਖ ਚੌਂਕੀਆਂ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਚੈਕਿੰਗ ਅਭਿਆਨ ਦੀ ਅਗਵਾਈ ਗੁਰਵਿੰਦਰ ਸਿੰਘ DSP ਡਾਕਟਰ ਕ੍ਰਾਈਮ ਬ੍ਰਾਂਚ ਜਲੰਧਰ ਨੇ ਕੀਤੀ ਅਤੇ ਚੈਕਿੰਗ ਕਰਨ ਵਾਲੀ ਟੀਮ ਨੂੰ ਸਖ਼ਤ ਹਦਾਇਤਾਂ ਦਿੰਦੇ ਹੋਏ ਕਿਹਾ ਹੈ ਕਿ ਕਿਸੇ ਵੀ ਗੱਡੀ ਨੂੰ ਚੈਕਿੰਗ ਦੇ ਬਿਨਾਂ ਨਹੀਂ ਜਾਣ ਦਿੱਤਾ ਜਾਵੇਗਾ। ਸਾਡੇ ਕੋਲ ਇੱਥੇ ਨਕੋਦਰ ਵਿੱਚ ਬਾਹਰੋਂ ਫੋਰਸ ਆਈ ਹੈ ਮਹਾਰਾਸ਼ਟਰ ਦੀ, ਅਤੇ ਇਲੈਕਸ਼ਨ ਜਿਵੇਂ ਜਿਵੇਂ ਨੇੜੇ ਆ ਰਹੇ ਉਸੇ ਤਰ੍ਹਾਂ ਫੋਰਸ ਨੂੰ ਮੁਸਤੈਦ ਕੀਤਾ ਜਾ ਰਿਹਾ, ਹਰ ਗੱਲ 'ਤੇ ਗਾਈਡ ਕੀਤਾ ਜਾ ਰਿਹਾ ਕਿਸ ਤਰ੍ਹਾਂ ਚੈਕਿੰਗ ਕਰਨੀ, ਕਿਸ ਤਰ੍ਹਾਂ ਨਹੀਂ, ਸ਼ਹਿਰ ਵਿੱਚ ਕਿਸ ਤਰ੍ਹਾਂ, ਬਾਹਰ ਕਿਸ ਤਰ੍ਹਾਂ। ਬਸ ਇਹਦੇ ਨਾਲ ਇਹ ਹੈ ਵੀ ਅਸੀਂ ਆਸ ਕਰਦੇ ਹਾਂ ਵੀ ਇਲੈਕਸ਼ਨ ਵਧੀਆ ਢੰਗ ਨਾਲ ਕਰਾ ਸਕੀਏ। ਸਰ, ਪਬਲਿਕ ਨੂੰ ਕੀ ਮੈਸੇਜ ਦਊਂਗੇ ਤੁਸੀਂ? ਪਬਲਿਕ ਨੂੰ ਅਸੀਂ ਇਹ ਕਹਾਂਗੇ ਵੀ ਆਪਣਾ ਵੋਟ ਦੇਣ, ਕਿਸੇ ਦੀਆਂ ਗੱਲਾਂ 'ਚ ਅਫਵਾਹਾਂ 'ਚ ਨਾ ਆਉਣ, ਸ਼ਾਂਤੀ ਬਣਾ ਕੇ ਰੱਖਣ। ਤੁਹਾਡਾ ਦੇਸ਼ ਆ, ਤੁਹਾਡਾ ਲੋਕ ਹੈ।